ਆਪਾਂ ਹਰ ਰੋਜ਼ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਹਾਂ। ਸਭ ਤੋਂ ਵੱਧ ਧੰਨਵਾਦ ਇੱਕ ਚਸ਼ਮਦੀਦ ਗਵਾਹ ਦੇ ਤੌਰ 'ਤੇ, ਆਪ ਖੁਦ ਗਰੰਟੀਆਂ ਦੇਣ ਵੇਲੇ ਨਾਲ ਸੀ, ਅੱਜ ਉਹ ਚਸ਼ਮਦੀਦ ਗਵਾਹ ਦੇ ਤੌਰ 'ਤੇ ਅਰਵਿੰਦ ਕੇਜਰੀਵਾਲ ਜੀ ਇੱਥੇ ਪਹੁੰਚੇ ਨੇ ਕਿ ਸਾਡੀ ਸਰਕਾਰ ਜਿਹੜੀ ਹੈ, ਜਿਹੜੀਆਂ ਗਰੰਟੀਆਂ ਆਪਾਂ ਦਿੱਤੀਆਂ ਸੀ ਉਹ ਕਰ ਰਹੀ ਹੈ ਪੂਰੀਆਂ ਜਾਂ ਨਾ। ਸੋ ਅਰਵਿੰਦ ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਕੱਲ੍ਹ, ਇੱਕ ਬੜਾ ਇਤਿਹਾਸਕ ਦਿਨ ਸੀਗਾ ਪੰਜਾਬ ਲਈ, ਐਜੂਕੇਸ਼ਨ ਸੈਕਟਰ 'ਚ ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਉੱਥੇ ਉਹਦਾ ਉਦਘਾਟਨ ਕੀਤਾ, ਅਤੇ ਅੱਜ ਇੰਡਸਟਰੀਅਲ ਜਿਹੜਾ ਸਾਡੇ ਚਾਰ ਨੇ ਇਸ ਤਰ੍ਹਾਂ ਦੇ, ਇੱਕ ਇਹਨੂੰ ਕੀ ਕਹਿ ਲਈਏ, ਮਿਲਣੀ ਹੈ ਇਹ, ਤੁਸੀਂ ਵੀ ਬੋਲਦੇ ਹੋ, ਅਸੀਂ ਵੀ ਬੋਲਦੇ ਹਾਂ। ਇਹ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ, ਸ਼ਾਮ ਨੂੰ ਅੱਜ ਲੁਧਿਆਣੇ, ਜਲੰਧਰ, ਪਰਸੋਂ ਕੱਲ੍ਹ ਨੂੰ ਲੁਧਿਆਣੇ ਅਤੇ ਮੋਹਾਲੀ। ਸੋ ਅਸੀਂ ਇਸੇ ਹਾਲ ਦੇ ਵਿੱਚ ਹੀ ਆਏ ਸੀ ਤੁਹਾਡੇ ਨਾਲ ਵਾਅਦੇ ਕਰਨ ਕਿ ਐਂ ਕਰ ਦਿਆਂਗੇ, ਐਂ ਕਰ ਦਿਆਂਗੇ। ਤੁਸੀਂ ਵੀ ਸੋਚਿਆ ਹੋਣਾ ਉਵੇਂ ਜਿਵੇਂ ਕਹਿੰਦੇ ਨੇ, ਜਿਵੇਂ ਦੂਜੇ ਕਹਿੰਦੇ ਨੇ, ਉਹ ਵੀ ਕਹਿੰਦੇ ਹੁੰਦੇ ਸੀ ਐਂ ਕਰ ਦਿਆਂਗੇ, ਐਂ ਕਰ ਦਿਆਂਗੇ। ਪਰ ਅਸੀਂ ਡੇਢ ਸਾਲ ਬਾਅਦ ਇਹ ਕਹਿਣ ਆਇਆ ਕਿ ਐਂ ਕਰਤਾ, ਐਂ ਕਰਤਾ, ਆ ਕਰਤਾ, ਆ ਕਰਤਾ, ਆ ਫਰਕ ਹੈ, ਆ ਫਰਕ ਹੈ। ਸਾਡੇ ਉਹਨਾਂ ਦੇ ਮੈਨੀਫੈਸਟੋ ਹੁੰਦੇ ਨੇ, ਚੋਣਾਂ ਤੋਂ ਇੱਕ ਦੋ ਦਿਨ ਪਹਿਲਾਂ ਬਣਾਉਂਦੇ ਨੇ। ਉਹ ਕਿਵੇਂ ਬਣਾਉਂਦੇ ਨੇ? ਦੂਜਿਆਂ ਦੇ ਦੇਖ ਕੇ। ਉਹ ਕਹਿੰਦੇ 3 ਲੱਖ ਨੌਕਰੀਆਂ ਦੇਣਗੇ, 4 ਲੱਖ ਲਿਖ ਦਿਉ, ਕਿਹੜਾ ਦੇਣੀ ਹੈ। ਉਹ ਕਹਿੰਦੇ 4 ਰੁਪਏ ਕਿਲੋ ਆਟਾ, 3 ਰੁਪਏ ਕਰ ਦਿਉ, ਕਿਹੜਾ ਦੇਣਾ ਹੈ। ਉਹ ਦੂਜਿਆਂ ਨੂੰ ਦੇਖ ਕੇ ਬਣਾਉਂਦੇ ਆ ਕਿ ਉਹ ਕੀ ਕਹਿੰਦੇ ਨੇ, ਆਪਾਂ ਫਿਰ ਉਹ ਤੋਂ ਵੱਧ ਵੱਡਾ ਗੱਪ ਮਾਰੀਏ, ਵੱਡਾ ਝੂਠ ਬੋਲੀਏ। ਜਦਕਿ ਅਸੀਂ ਫਿਗਰਸ ਦੇਖ ਕੇ ਵਾਅਦੇ ਕਰਦੇ ਹਾਂ, ਗਰੰਟੀਆਂ ਪੂਰੀਆਂ ਹੋ ਜਾਣਗੀਆਂ। ਆਪਾਂ ਬਿਜਲੀ ਫਰੀ ਦੀ ਅਨਾਊਂਸਮੈਂਟ ਤਾਂ ਕਰ ਦਾਂਗੇ, ਪਰ ਬਿਜਲੀ ਫਰੀ ਚਾਹੀਦੀ ਹੋਊਗੀ, ਕਰ ਦਿਆਂਗੇ ਪੂਰੀ। ਅੱਜ ਬਿਜਲੀ ਬੋਰਡ ਦੇ ਜਿਹੜੇ CMD ਨੇ, ਬਲਦੇਵ ਸਿੰਘ ਸਰਾ, ਉਹ ਬੈਠੇ ਨੇ, 1 ਜੁਲਾਈ ਤੋਂ ਬਿਜਲੀ ਫਰੀ ਹੈ। ਅਤੇ ਸਰਾਂ ਸਾਹਿਬ, ਬਿਜਲੀ ਤਾਂ ਚਲੋ ਫਰੀ, 80% ਘਰਾਂ ਨੂੰ ਬਿਜਲੀ ਦਾ ਬਿੱਲ ਆਉਂਦਾ ਹੈ, ਆਉਂਦਾ ਹੀ ਨਹੀਂ, 80-85% ਘਰਾਂ ਨੂੰ, ਪਰ ਤੁਹਾਡਾ ਤਾਂ ਨਹੀਂ ਪੈਸਾ ਰੱਖਿਆ ਸੀ ਕੋਈ। ਬਿਜਲੀ ਬੋਰਡ ਦੀ ਸਬਸਿਡੀ ਵੀ ਅਸੀਂ ਮੌਕੇ 'ਤੇ ਪੇ ਕਰਦੇ ਹਾਂ, ਵੀ ਇਹਨਾਂ ਨੂੰ ਘਾਟਾ ਨਹੀਂ ਪੈਣ ਦੇਣਾ ਅਸੀਂ। ਸੋ ਇਹ ਕਿਉਂਕਿ ਇਹ ਜਿਹੜੀਆਂ ਪੋਲਿਸੀਜ਼ ਨੇ, ਇਹ ਸਾਨੂੰ ਕਿਉਂ ਆਉਂਦੀਆਂ ਨੇ ਕਰਨੀਆਂ, ਇਹ ਦੂਜਿਆਂ ਨੂੰ ਕਿਉਂ ਨਹੀਂ ਆਉਂਦੀਆਂ ਸੀ? ਉਹਨਾਂ ਦੇ ਜਿਹੜੇ ਪ੍ਰਧਾਨ ਨੇ ਨਾ, ਉਹ ਪੋਲੀਟੀਸ਼ੀਅਨ ਨੇ, ਅਤੇ ਜਿਹੜੇ ਸਾਡੇ ਪ੍ਰਧਾਨ ਨੇ ਇਹ IRS ਅਫਸਰ ਨੇ, ਇਹ ਇਨਕਮ ਟੈਕਸ ਦੇ ਕਮਿਸ਼ਨਰ ਰਹੇ ਨੇ। ਇਹਨਾਂ ਨੂੰ ਪਤਾ ਹੈ ਨਾ ਇਨਕਮ ਟੈਕਸ ਤੋਂ ਬਾਅਦ, ਤੁਹਾਨੂੰ ਤਾਂ ਵੱਧ ਪਤਾ ਹੋਊਗਾ ਇਨਕਮ ਟੈਕਸ ਬਾਰੇ। ਇਨਕਮ ਟੈਕਸ ਵਾਲਿਆਂ ਨੂੰ ਪਤਾ ਹੁੰਦਾ ਨਾ ਪੈਸਾ ਲਿਆਉਣਾ ਕਿੱਥੋਂ ਹੈ ਅਤੇ ਲਾਉਣਾ ਕਿੱਥੇ ਹੈ, ਜਾਂ ਪੈਸਾ ਆਉਂਦਾ ਕਿੱਥੇ ਆ ਅਤੇ ਲੱਗਦਾ ਕਿੱਥੇ ਹੈ। ਸੋ ਇਸ ਕਰਕੇ ਅਸੀਂ ਵਾਅਦੇ ਉਹੀ ਕਰਦੇ ਹਾਂ ਜਿਹੜੇ ਪੂਰੇ ਕਰ ਸਕੀਏ। ਅੱਜ ਬੜੀਆਂ ਅੱਛੀਆਂ ਗੱਲਾਂ ਸੁਣਨ ਨੂੰ ਮਿਲੀਆਂ, ਕੁਝ ਸੁਝਾਅ ਮਿਲੇ, ਉਹ ਸਾਰੇ ਅਤੇ ਅਸੀਂ ਪੂਰੇ ਕਰਾਂਗੇ। ਕੁਛ ਇਸ ਤਰ੍ਹਾਂ ਦੇ ਸੁਝਾਅ ਜਿਹੜੇ ਸਾਨੂੰ ਨਹੀਂ ਪਤਾ ਸੀ, ਪਤਾ ਲੱਗ ਗਏ, ਅਸੀਂ ਇਮੀਡੀਏਟਲੀ ਉਹਨਾਂ 'ਤੇ ਐਕਸ਼ਨ ਸ਼ੁਰੂ ਕਰਾਂਗੇ। ਬਾਰਡਰ ਏਰੀਏ ਦੀ ਜਿਹੜੀ ਆਈਡੈਂਟੀਫਿਕੇਸ਼ਨ ਦੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਬਾਰਡਰ ਏਰੀਏ ਨੂੰ ਜਿਹੜੀਆਂ ਛੋਟਾ ਨੇ ਉਹ ਵਿੱਚ ਅਪਲਾਈ ਨਹੀਂ ਹੁੰਦੀਆਂ, ਉਹ ਵਿੱਚ ਹੀ ਲੈ ਲਈਆਂ ਜਾਂਦੀਆਂ ਨੇ, ਅਤੇ ਬਾਅਦ ਦੇ ਵਿੱਚ ਕਹਿੰਦੇ ਵੀ ਰਿਫੰਡ ਹੈ ਨਹੀਂ, ਕਿਉਂਕਿ ਕਹਿੰਦੇ ਸਰਕਾਰ ਦੀ ਜੇਬ ਬਨ ਵੇ ਹੁੰਦੀ ਹੈ, ਆਉਂਦੇ ਆਉਂਦੇ ਹੀ ਹੈ, ਜਾਂਦੇ ਨਹੀਂ ਉੱਥੋਂ। ਸੋ ਮੈਂ ਸਾਰੇ ਜਿੰਨੇ ਵੀ ਅਨੁਰਾਗ ਜੀ, ਬਾਰਡਰ ਏਰੀਆ ਆਈਡੈਂਟੀਫਿਕੇਸ਼ਨ ਕਰਕੇ, 6 ਬਾਰਡਰ ਦੇ ਜ਼ਿਲ੍ਹੇ ਨੇ ਆਪਣੇ, ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਤੱਕ, ਅੱਗੇ ਅਬੋਹਰ, ਫਾਜ਼ਿਲਕਾ, ਤੁਸੀਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਦੇ ਵਿੱਚ ਜਦੋਂ ਕੋਈ ਬੰਦਾ ਫਾਜ਼ਿਲਕਾ ਦੀ ਜਾਂ ਅੰਮ੍ਰਿਤਸਰ ਦੀ ਇੰਡਸਟਰੀ 'ਚ ਆਪਣਾ ਐਡਰੈਸ ਭਰਦਾ ਤਾਂ ਉਹ ਜਿਹੜਾ ਐਗਜ਼ੰਪਸ਼ਨ ਜਿਹੜੀ ਦੇਣੀ ਹੈ ਉਹ ਬਟਨ ਜਿਹੜਾ ਔਨ ਹੋ ਜਾਵੇ ਤਾਂ ਕਿ ਪਤਾ ਲੱਗੇ, ਕੰਪਿਊਟਰ ਨੂੰ ਵੀ ਪਤਾ ਹੋਵੇ ਕਿ ਇਹ ਬਾਰਡਰ ਜ਼ਿਲ੍ਹੇ ਲਈ ਅਪਲਾਈ ਹੈ। ਇਸ ਕਰਕੇ ਅੱਜ ਕੱਲ੍ਹ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਆ ਗਈ, ਜੋ ਮਰਜ਼ੀ ਕਰ ਲਓ ਕੁਸ਼ਚਨ।